ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਨੇ। ਇਹ ਦੋ ਧਿਰਾਂ ਸ਼੍ਰੋਮਣੀ ਕਮੇਟੀ ਅਤੇ ਡੇਰਾ ਪ੍ਰਬੰਧਕ ਨੇ। ਦਰਅਸਲ 20 ਏਕੜ ਜ਼ਮੀਨ ਦਾ ਮਸਲਾ ਏ। ਡੇਰੇ ਵਾਲੇ ਕਹਿ ਰਹੇ ਨੇ ਕਿ ਜ਼ਮੀਨ ਸਾਡੀ ਹੈ, ਜਦਕਿ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਜ਼ਮੀਨ ਗੁਰੂ ਘਰ ਦੀ ਹੈ, ਕੇਸ ਅਸੀਂ ਜਿੱਤ ਚੁੱਕੇ ਹਾਂ। ਇਸੇ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਹੈ। ਡੇਰਾ ਪ੍ਰਬੰਧਕਾਂ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਸ਼੍ਰੋਮਣੀ ਕਮੇਟੀ ਇਸ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਆਈ ਸੀ। ਇਸ ਦੌਰਾਨ ਖੂਨੀ ਝੜਪ ਹੋ ਗਈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਹੱਥਾਂ ਦੇ ਵਿੱਚ ਡਾਂਗਾ ਫੜ ਕੇ ਕਿਵੇਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਨੇ ਸਾਰੇ। ਖੂਨੀ ਝੜਪ ਹੋਈ ਹੈ, ਕਈ ਲੋਕ ਜ਼ਖਮੀ ਹੋ ਗਏ ਨੇ। ਦੋਹਾਂ ਧਿਰਾਂ ਦੇ ਕਈ ਲੋਕ ਜ਼ਖਮੀ ਹੋਏ ਨੇ ਜੋ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨੇ। ਦੱਸ ਦਈਏ ਕਿ ਖੰਨਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ। ਖੰਨਾ ਦੇ ਦੋਰਾਹਾ ਨੇੜਲੇ ਪਿੰਡ ਬਿਲਾਸਪੁਰ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਾਲੇ ਖੂਨੀ ਝੜਪ ਹੋ ਗਈ। ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋਨੋਂ ਧਿਰਾਂ ਆਮੋ ਸਾਹਮਣੇ ਹੋ ਗਈਆਂ। ਇਸ ਝੜਪ ਦੇ ਵਿੱਚ ਇੱਕ ਦਰਜਨ ਤੋਂ ਵਧੇਰੇ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਝੜਪ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸੈਕਟਰੀ ਵਿਜੈ ਸਿੰਘ ਸਮੇਤ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਦੱਸ ਦਈਏ ਕਿ ਪਿੰਡ ਬਿਲਾਸਪੁਰ ਦੇ ਵਿੱਚ 20 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਅਤੇ ਡੇਰਾ ਮਹੰਤ ਪ੍ਰਬੰਧਕ ਇਸ ਨੂੰ ਆਪਣੀ ਦੱਸ ਰਹੇ ਨੇ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਇਸ ਨੂੰ ਗੁਰੂ ਘਰ ਦੀ ਜ਼ਮੀਨ ਹੋਣ ਦਾ ਦਾਅਵਾ ਕਰ ਰਹੀ ਹੈ। ਹਾਈ ਕੋਰਟ ਦੇ ਵਿੱਚ ਵੀ ਇਸ ਸੰਬੰਧੀ ਕੇਸ ਚੱਲ ਰਿਹਾ ਹੈ। ਸ਼੍ਰੋਮਣੀ ਕਮੇਟੀ ਮੁਤਾਬਕ ਉਹਨਾਂ ਦੀ ਜ਼ਮੀਨ ਹੈ ਤੇ ਉਹ ਇਸ ਜ਼ਮੀਨ ਨੂੰ ਵਾਹਣ ਲਈ ਆਏ ਸੀ, ਪਰ ਡੇਰਾ ਪ੍ਰਬੰਧਕ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਕਬਜ਼ੇ ਦੇ ਮਕਸਦ ਨਾਲ ਉੱਥੇ ਆਈ ਸੀ। ਉਧਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਦੋਹਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਨੇ ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਜ਼ਖਮੀਆਂ ਦਾ ਹਾਲ ਚਾਲ ਜਾਣਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ। ਉਹਨਾਂ ਕਿਹਾ ਕਿ ਇਹ ਜ਼ਮੀਨ ਗੁਰੂ ਘਰ ਦੀ ਹੈ ਅਤੇ ਦੂਜੀ ਧਿਰ ਨੇ ਹਮਲਾ ਕਰਕੇ ਗਲਤ ਕੀਤਾ ਹੈ। ਚਲੋ ਇਹ ਤਾਂ ਕਿਉਂਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੰਬੇ ਅਰਸੇ ਦਾ ਕੇਸ ਜਿੱਤਿਆ ਤੇ ਉਹਦਾ ਕਬਜ਼ਾ ਆਲਰੇਡੀ ਭਾਵਾਂ ਕਾਗਜ਼ਾਂ ਸਾਡੇ ਕੋਲ ਚੱਲ ਰਿਹਾ, ਪਰ ਉਹਦੇ ਸੰਬੰਧ 'ਚ ਆਏ ਸੀ ਉਹਦੇ ਵਿੱਚ ਇਹ, ਕਿਉਂਕਿ ਜਿਹੜੇ ਕਬਜ਼ਾ ਕਿਸੇ ਕੋਲ ਹੁੰਦਾ ਛਡਾਉਣ ਚੀਜ਼ ਛੱਡਣ ਦੀ ਹੁੰਦੀ ਆ, ਤੇ ਮੈਂ ਸਮਝਦਾ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਜਾਇਦਾਦ ਜਿੱਤੀ ਉਹ ਸਾਰਾ ਕੁਛ ਆ, ਤੇ ਫਿਰ ਜੇ ਆਪਾਂ ਕਬਜ਼ੇ ਦੇ ਵਿੱਚ ਆ ਕੇ ਕੋਈ ਦਖਲਅੰਦਾਜ਼ੀ ਕਰੂਗਾ ਤੇ ਨੈਚੁਰਲੀ ਫਿਰ ਦਖਲਅੰਦਾਜ਼ੀ ਤਾਂ ਹੋਣੀ। ਇਨ ਫਿਊਚਰ ਸਰ ਕੀ ਕਹੋਗੇ ਕਬਜ਼ੇ ਦੇ? ਇਨ ਫਿਊਚਰ ਹਾਲੇ ਹਾਲ ਦੀ ਘੜੀ ਤਾਂ ਅਸੀਂ ਆਪਣੇ ਪਹਿਲਾਂ ਇਹਨਾਂ ਦੇ ਕਰਮਚਾਰੀ ਜਿਹੜੇ ਵਿਚਾਰੇ ਪਟੜੇ ਆ ਖਬਰ ਲੈਣ ਆਇਆ ਮੈਂ ਐਡਮਿਨਿਸਟ੍ਰੇਸ਼ਨ ਕੋਲੋਂ ਇਹਨਾਂ ਦੀ ਕਰਾਂਗੇ ਪਰਚੇ ਜਿਹੜੇ ਬਣਦੇ ਆ ਦਰਜ ਕੀਤੇ ਜਾਣ, ਬਾਕੀ ਜਿਹੜਾ ਸਿਸਟਮ ਸਾਡਾ ਸਾਡਾ ਅੱਗੇ ਆਲਰੇਡੀ ਹੈਗਾ ਉਹਨੂੰ ਕੰਮ ਚਲਾਵਾਂਗੇ। ਮੈਂ ਵਿਜੇ ਸਿੰਘ ਐਡੀਸ਼ਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ। ਕੀ ਮਸਲਾ ਹੋਇਆ ਜੀ? ਮਸਲਾ ਕੁਛ ਨਹੀਂ ਜੀ, ਸਾਡੀ ਜ਼ਮੀਨ ਜਿਹੜੀ ਉਹ ਸਾਡੇ ਹੱਕ 'ਚ ਹੋਈ, ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਸਾਰੇ ਫੈਸਲੇ ਸੰਸਥਾ ਦੇ ਹੱਕ 'ਚ ਨੇ। ਇਹ ਜ਼ਮੀਨ ਜਿਹੜੀ ਆ ਗੁਰਦੁਆਰਾ ਮੰਜੀ ਸਾਹਿਬ ਦੇ ਨਾਲ ਅਟੈਚ ਆ, ਅੱਜ ਦੀ ਹੈਗੀ ਸਾਡੀ ਆ, ਅਸੀਂ ਕਬਜ਼ਾ ਲੈਣ ਥੋੜ੍ਹਾ ਆਏ ਹਾਂ, ਅਸੀਂ ਤਾਂ ਆਪਣੀ ਜ਼ਮੀਨ ਨੂੰ ਵਾਹੁਣ ਆਏ। ਜੇ ਅੱਗੋਂ ਉਹ ਸਾਨੂੰ ਖਲੋਤਿਆਂ ਸਾਨੂੰ ਕਿਰਪਾਨਾਂ ਮਾਰੀਆਂ ਉਹਨਾਂ ਨੇ, ਰੱਜੇ ਨਸ਼ੇ ਦੇ ਨਾਲ ਉਹਨਾਂ ਨੇ ਕਿਰਪਾਨਾਂ ਚਲਾਈਆਂ, ਸਾਡੇ ਮੇਰੇ ਮੁਲਾਜ਼ਮ ਵੀ ਜ਼ਖਮੀ ਕੀਤੇ ਆ ਔਰ ਮੈਨੂੰ ਵੀ ਜ਼ਖਮੀ ਕੀਤਾ। ਕਿੰਨੀ ਜ਼ਮੀਨ ਹੈ ਜੀ? 1.5 ਕਿੱਲੇ। ਤੇ ਉਹਨਾਂ ਦੇ ਕਬਜ਼ਾ ਜਿਹੜੇ ਕਹਿ ਰਹੇ ਨੇ ਕਿ ਲੋਕ ਬੈਠੇ ਨੇ, ਉਹ ਕੌਣ ਨੇ? ਉਹ ਪਿੰਡ ਦੇ ਹੈਗੇ ਨੇ, ਕੋਈ ਆਪਣੇ ਆਪ ਨੂੰ ਮੰਤ ਕਹਿੰਦੇ ਨੇ ਨਾ ਜੀ, ਤੇ ਉਹ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ, ਹਾਈ ਕੋਰਟ ਦਾ ਫੈਸਲਾ ਹੋ ਗਿਆ, ਨਾਲੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਜ਼ਮੀਨ ਹੈ, ਕੋਈ ਬੰਦੇ ਦੇ ਨਾਂ ਥੋੜ੍ਹਾ, ਕਿਸੇ ਦੇ ਨਾਂ ਨਾ ਨਿੱਜੀ ਹੈ ਕਿਸੇ ਦੀ, ਜਿੰਨੇ ਆ ਤੁਸੀਂ ਮੁਲਾਜ਼ਮ ਵੇਖਿਓ ਵੀ ਕੋਈ ਨਿੱਜੀ ਥੋੜ੍ਹਾ ਆਏ ਨੇ, ਇਹ ਤਾਂ ਸੰਸਥਾ ਦੇ ਮੁਲਾਜ਼ਮ ਨੇ। ਨਹੀਂ ਜੀ, ਪੁਲਿਸ ਫੋਰਸ ਸਾਡੇ ਨਾਲ ਨਹੀਂ ਸੀ। ਕੁਛ ਵੀ ਨਹੀਂ, ਉਹ ਕੋਈ ਗੱਲ ਪੈ ਗਈ ਜੀ, ਅਸੀਂ ਤਾਂ ਖਲੋਤੇ ਹਾਂ ਜੀ, ਅਸੀਂ ਤਾਂ ਜ਼ਮੀਨ ਦੇ ਵਿੱਚ ਵੀ ਨਹੀਂ ਬੜੇ ਖਲੋਤੇ ਹਾਂ, ਅਤੇ ਉਹ ਸਾਡੀ ਗੱਲ ਪੈ ਗਏ, ਕਿਰਪਾਨਾਂ ਮਾਰੀਆਂ ਸਾਨੂੰ ਨੰਗੀਆਂ ਕਿਰਪਾਨਾਂ, ਰੱਜੇ ਨਸ਼ੇ ਦੇ ਨਾਲ, ਇਹ ਕੋਈ ਕਾਨੂੰਨ ਥੋੜ੍ਹਾ ਹੈ। ਮੇਰੇ 15 ਮੁਲਾਜ਼ਮ ਜ਼ਖਮੀ ਹੋਏ ਘੱਟੋ ਘੱਟ।
ਜਿਨ੍ਹਾਂ ਦੇ ਹੱਥ ਬਾਹਾਂ ਜਿਹੜੀਆਂ ਸੋਰੀ ਜਿਹੜੀਆਂ ਉਂਗਲਾਂ ਕਈ ਉਹ ਨਾਲੋਂ ਲੱਥ ਗਈਆਂ, ਕੋਠੇ ਲੱਥ ਗਈਆਂ, ਪਰ ਜਿਹੜੇ ਪੈਟਰੋਲ ਬੰਬ ਜਿਹੜੇ ਨੇ ਉਹਨਾਂ ਨੇ ਪਹਿਲੋਂ ਬਣਾ ਕੇ ਰੱਖੇ, ਉਹ ਸਾਡੀਆਂ ਗੱਡੀਆਂ 'ਤੇ ਵੀ ਉਹਨੇ ਚਲਾਏ ਨੇ, ਸਾਡੇ 'ਤੇ ਵੀ ਚਲਾਏ ਨੇ, ਸਾਡੇ ਟਰੈਕਟਰਾਂ 'ਤੇ ਵੀ ਚਲਾਏ ਨੇ। ਇਹ ਟਰੈਕਟਰ ਧੰਨ ਗੁਰੂ ਰਾਮਦਾਸ ਜੀ ਦੇ ਨੇ, ਗੁਰੂ ਘਰਾਂ ਦੇ ਨੇ, ਕੋਈ ਕਿਸੇ ਨਿੱਜੀ ਟਰੈਕਟਰ ਥੋੜ੍ਹਾ ਕਿਸੇ ਦਾ ਹੈ, ਗੁਰੂ ਘਰਾਂ ਦੇ ਟਰੈਕਟਰ। ਅਸੀਂ ਤਾਂ ਆਪਣੀ ਜ਼ਮੀਨ ਵਾਹੁਣ ਆਏ ਹਾਂ, ਮੰਗ ਕੀ ਕਰਦੇ? ਮੰਗ ਪ੍ਰਸ਼ਾਸਨ ਤੋਂ ਇਹ ਹੈ ਵੀ ਸਾਡੀ ਜ਼ਮੀਨ ਸਾਨੂੰ ਦਿੱਤੀ ਜਾਵੇ, ਇਹਨਾਂ ਤੋਂ ਲੈ ਕੇ ਇਹਨਾਂ ਦੇ ਪਰਚੇ ਕੀਤੇ ਜਾਣ, ਇਹ ਗੁਰੂ ਰਾਮਦਾਸ ਨੂੰ ਸਮਰਪਿਤ ਹੋ ਕੇ ਜਿਹੜੀ ਆ ਇਹ ਪ੍ਰਸ਼ਾਸਨ ਨੂੰ ਇਹ ਸਾਰਾ ਕੁਝ ਕਰਨਾ ਚਾਹੀਦਾ। ਮੀਡੀਆ ਨੂੰ ਵੀ ਮੇਰੀ ਬੇਨਤੀ ਹੈ ਵੀ ਉਹ ਵੀ ਤਗੜੇ ਹੋ ਕੇ ਇਹ ਗੁਰੂ ਰਾਮਦਾਸ ਦੇ ਹੱਕ ਦੇ ਵਿੱਚ ਡਟਣ। ਜ਼ਮੀਨ ਮੈਂ ਜਿਸ ਤਰ੍ਹਾਂ ਹੁਣ ਦਿੱਤੇ ਹੋ ਬਿਆਨ ਪਹਿਲਾਂ, ਅਤੇ ਇਹ ਜ਼ਮੀਨ ਕੋਈ 200-250 ਸਾਲ ਪਹਿਲਾਂ ਇਹ ਮਹਾਰਾਜਾ ਸਾਹਿਬ ਸਿੰਘ ਨੇ ਦਾਨ ਕੀਤੀ ਸਾਡੇ ਬਜ਼ੁਰਗਾਂ ਨੂੰ, ਮਤਲਬ ਮਹੰਤਾਂ ਨੂੰ। ਉੱਥੇ ਜਗ੍ਹਾ 'ਤੇ ਸਮਾਧ ਬਣੀ ਹੋਈ ਆ, ਸਮਾਧ ਬਾਬਾ ਕੇਸਰਦਾਸ ਜਿਹਦੇ ਨਾਂ 'ਤੇ ਲਿਖਤ ਵੀ ਹੋਈ ਆ। ਉਸ ਟਾਈਮ ਦੀ ਲਿਖਤ ਆ ਸਾਡੇ ਕੋਲ ਉਰਦੂ ਦੀਆਂ, ਠੀਕ ਹੈ, ਲਿਖਤਾਂ ਨੇ। ਅਤੇ ਇਹ ਅਚਾਨਕ ਹੀ ਆ ਕੇ ਪਤਾ ਨਹੀਂ 1950 ਜਾਂ 60 ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇਹ 'ਚ ਬਿਰਬਾ ਪੈਂਦਾ। ਉਸ ਤੋਂ ਬਾਅਦ ਇਹ ਦਾਅਵਾ ਕਰਦੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਹੈ ਜ਼ਮੀਨ ਹੈ ਅਤੇ ਇਹ ਸਾਡਾ ਮੰਜੀ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ। ਜਦੋਂ ਕਿ ਕੇਸ ਚੱਲੇ, ਕੇਸ ਅਸੀਂ ਜਿੱਤੇ, ਕਿਸੇ 'ਚੋਂ ਵੀ ਜਿੱਤੇ, ਕਿਸੇ ਅਸੀਂ ਕਿਤੇ, ਮਤਲਬ ਅਦਾਲਤ ਨੇ ਕੋਈ ਸਿੱਧਾ ਇਹਨਾਂ ਨੂੰ ਇਹ ਨਹੀਂ ਦਿੱਤਾ ਵੀ ਤੁਸੀਂ ਇਸ ਜ਼ਮੀਨ ਦੇ ਕਾਬਜ਼ ਹੋ, ਮਤਲਬ ਤੁਸੀਂ ਇਹਦੇ ਹੱਕਦਾਰ ਬਣ ਗਏ, ਠੀਕ ਹੈ ਜੀ। ਨਹੀਂ, ਇਹ ਅੱਜ ਨਹੀਂ ਅਚਾਨਕ ਹੋਇਆ ਸੀ, ਇਹ 2010 'ਚ ਵੀ ਪਹਿਲਾਂ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਉਸ ਟਾਈਮ ਇਹਨਾਂ ਦਾ ਜਦੋਂ ਇਹ ਇਹਨਾਂ ਨੇ ਦਾਅਵਾ ਕੀਤਾ ਵੀ ਅਸੀਂ ਕੇਸ ਚੱਲਦੇ ਚੱਲਦੇ ਆ ਗਏ ਸੀਗੇ, ਕਿਉਂ ਟਾਈਮ ਇਹਨਾਂ ਦਾ ਪੂਰਾ ਹੋ ਰਿਹਾ ਸੀਗਾ, ਜੋ ਵੀ 10 ਸਾਲ ਹੁੰਦਾ ਕਬਜ਼ਾ ਉਹਦੇ ਅੰਦਰ ਅੰਦਰ ਕਰਨਾ ਹੁੰਦਾ। ਅਚਾਨਕ ਹੀ ਇਹ ਕੋਈ ਗਵਰਨਮੈਂਟ ਦਾ ਵੱਲੋਂ ਅਦਾਲਤ ਦਾ ਕੋਈ ਫੈਸਲਾ ਨਹੀਂ ਸੀਗਾ, ਅਚਾਨਕ ਹੀ ਆ ਕੇ ਇਹ ਪਿੰਡ ਦੇ ਬੰਦਿਆਂ ਨੂੰ ਕੁਛ ਨੂੰ ਨਾਲ ਲੈ ਕੇ ਇਹ ਆ ਕੇ ਕਾਬਜ਼ ਹੋ ਜਾਂਦੇ ਨੇ ਉੱਥੇ। ਸਾਡੀ ਧਿਰ ਦੇ 6 ਤਾਂ ਦੇਖੋ ਜੀ ਸੀਰੀਅਸ, ਮਤਲਬ ਇੱਥੇ ਸਾਰਾ ਜਿਹੜੇ ਹੋਸਪਿਟਲ 'ਚ, ਬਾਕੀ 4-5 ਕੁਛ ਲੇਡੀਜ਼ ਹੈਗੀਆਂ, ਦੋ ਤਿੰਨ ਬੰਦੇ ਉਹ ਪਿੰਡ ਹੀ ਹੈਗੇ, ਲੜਕੇ ਮਤਲਬ ਛੋਟੀਆਂ ਮੋਟੀਆਂ ਸੱਟਾਂ ਲੱਗੀਆਂ। ਉਹ ਤਾਂ ਹੁਣ ਨਾਲ ਕਿਰਪਾਨਾਂ ਲੈ ਕੇ ਆਏ ਸੀਗੇ ਜੀ, ਤੁਸੀਂ ਮਤਲਬ ਮੈਂ ਸਵੇਰੇ ਜਿਵੇਂ ਦਰਾਹੇ ਤੋਂ ਆਇਆ, ਪੂਰੇ ਨਾ ਗੱਡੀ ਉਹਨਾਂ ਨੇ ਭਰੀ ਹੋਈ ਸੀ ਡਾਂਗਾਂ ਦੀ, ਔਰ ਟਾਕੂ ਪਤਾ ਨਹੀਂ ਕੀ ਚੀਜ਼ਾਂ ਸੀਗੀਆਂ ਨਾਲ, ਜਿਹੜੀਆਂ ਕਿਰਪਾਨਾਂ ਉਹ ਕਹਿੰਦੇ ਨੇ ਅਸੀਂ ਚਲਾਈਆਂ, ਉਹ ਕਿਰਪਾਨਾਂ ਉਹਨਾਂ ਕੋਲ ਸੀਗੀਆਂ, ਸਾਡੇ ਬੰਦਿਆਂ ਨੇ ਉਲਟਾ ਫੜੀਆਂ ਨੇ ਉੱਥੋਂ, ਅਤੇ ਉਹ ਸਾਡੇ ਉੱਤੇ ਇਲਜ਼ਾਮ ਲਗਾਤਾ ਵੀ ਤੁਸੀਂ ਕਿਰਪਾਨਾਂ ਲੈ ਕੇ ਆਏ। ਸਾਨੂੰ ਤਾਂ ਪਤਾ ਨਹੀਂ ਲੱਗਿਆ ਅਚਾਨਕ ਅਸੀਂ ਕਿੱਥੋਂ ਕਿਰਪਾਨਾਂ ਲੈ ਆਏ। ਦੱਸੋ ਜੀ ਕਿੱਥੇ ਚੱਲਿਆ, ਅਗਰ ਉਹਨਾਂ ਕੋਲ ਕੋਈ ਹੈਗਾ, ਅਗਰ ਉਹਨਾਂ ਕੋਲ ਵੀਡੀਓ ਹੈ, ਸਬੂਤ ਦੇਣ ਸਾਹਮਣੇ ਵੀ ਆਹ ਅਸੀਂ ਪੈਟਰੋਲ ਪੰਪ ਚਲਾਤੇ ਜੀ ਉਹਨਾਂ ਦੇ। ਅਸੀਂ ਤਾਂ ਅਸੀਂ ਜਿਹੜੇ ਦੇਖੋ ਜੀ ਇਸ ਜਿਹੜੀ ਜ਼ਮੀਨ ਦੇ ਉੱਤੇ 6 ਪਰਿਵਾਰ ਨੇ ਸੇਵਾਦਾਰ, ਜਿਹੜੇ ਉੱਥੇ ਮੰਦਰ ਬਣਿਆ ਹੋਇਆ ਬਾਬੇ ਦਾ ਔਰ ਡੇਰਾ ਸਾਹਿਬ ਬਣਿਆ ਹੋਇਆ, ਉਹਦੀ ਸੇਵਾ ਕਰਦੇ ਨੇ, ਉਹਦੀ ਜ਼ਮੀਨ ਦੀ ਜੋ ਵੀ ਥੋੜ੍ਹੀ ਬਹੁਤ ਆਮਦਨ ਆਉਂਦੀ ਆ, ਪਿੰਡ ਦੇ ਖੜੇ ਨੇ ਵੀ ਕਿੰਨੀ ਕੁ ਆਮਦਨ ਹੋ ਗਈ ਸਾਰਿਆਂ ਨੇ ਵੰਡ ਕੇ ਆਪਣਾ, ਉਹਦੀ ਸੇਵਾ 'ਤੇ ਲਾ ਦਿੰਦੇ ਆ ਜ਼ਿਆਦਾਤਰ ਤਾਂ, ਠੀਕ ਹੈ। ਸਾਡਾ ਤਾਂ ਇਹ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ, ਇਹ ਤਾਂ ਕਦੇ ਵੀ ਚੱਕ ਕੇ ਆ ਜਾਂਦੇ ਨੇ ਆਪਣਾ, ਕਿਉਂ ਹੁਣ ਮੈਂ ਚਲੋ ਸਭ ਤਾਂ ਨਹੀਂ ਵਰਤਦਾ ਵੀ ਕਿੱਥੋਂ ਪੈਸਾ ਇਹ ਲਿਆ ਕੇ ਸਾਡੇ 'ਤੇ ਲਾਈ ਜਾਂਦੇ ਨੇ, ਅਸੀਂ ਤਾਂ ਉਹਦੇ ਤੋਂ ਕਮਾ ਕੇ ਉੱਥੇ ਲਗਾਉਂਦੇ ਹਾਂ, ਆਪਣਾ ਗੁਜ਼ਾਰਾ ਵੀ ਕਰਦੇ ਹਾਂ ਔਰ ਡੇਰੇ ਦੀ ਸੰਭਾਲ ਵੀ ਕਰਦੇ ਹਾਂ। ਔਰ ਡੇਰਾ ਤੁਸੀਂ ਜਾ ਕੇ ਦੇਖੋ, ਅਸੀਂ ਉੱਥੇ ਜੇ ਕੁਛ ਨਸ਼ਾ ਕਰਦੇ ਹੋਈਏ ਤਾਂ ਅਸੀਂ ਡੇਰੇ ਦੀ ਇਹ ਹਾਲਤ ਤੁਸੀਂ ਜਾ ਕੇ ਦੇਖੋ, ਕਿੰਨਾ ਵਧੀਆ ਤੁਹਾਨੂੰ ਲੱਗੇਗਾ ਵੀ ਹਾਂ ਕੁਛ ਡੇਰਾ ਸੰਭਾਲ ਰਹੇ ਨੇ। ਅੱਜ ਸਾਨੂੰ ਨੀਅਰ ਅਬਾਊਟ 10 ਵਜੇ 10:15 ਦਰਾਹੇ ਠਾਣੇ ਇਨਫੋਰਮੇਸ਼ਨ ਆਈ ਕਿ ਬਿਲਾਸਪੁਰ ਵਿੱਚ 2 ਧਿਰਾਂ 'ਚ ਆਪਸ ਝਗੜਾ ਹੋਇਆ ਹੈ। ਉੱਥੇ ਜਾ ਕੇ ਜਦੋਂ ਮੌਕੇ 'ਤੇ ਪਤਾ ਲੱਗਿਆ ਤਾਂ ਇੱਥੇ ਕੋਈ ਆਪਣੇ SGPC ਅਤੇ ਜਿਹੜੇ ਉੱਥੇ ਮਹੰਤ ਰਹਿੰਦੇ ਨੇ ਇਹਨਾਂ ਵਿੱਚ ਕੋਈ ਲੈਂਡ ਦਾ ਰੌਲਾ ਸੀਗਾ, ਜੋ ਕਿ ਹਜੇ ਮੈਟਰ ਹਾਈਕੋਰਟ ਚੱਲ ਰਿਹਾ ਹੈ।
ਹਜੇ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹ ਹਜੇ ਹਸਪਤਾਲ ਦਾਖਲ ਨੇ ਅਤੇ ਐੱਮ ਐੱਲ ਰਾਮ ਅਤੇ ਦੋਨਾਂ ਦੀਆਂ ਮਤਲਬ ਦੋਨਾਂ ਧਿਰਾਂ ਦੇ ਬਿਆਨ ਲਿੱਤੇ ਜਾਣਗੇ ਜੀ ਅਤੇ ਨੈਕਸਟ ਜੋ ਨਸੈਸਰੀ ਐਕਸ਼ਨ ਹੋਗਾ ਉਹ ਲਿੱਤਾ ਜਾਵੇਗਾ ਜੀ। ਜੋ ਹਜੇ ਪਤਾ ਲੱਗਿਆ ਹਜੇ ਇੱਕ ਇੱਕ ਸਾਈਡ ਤੋਂ 9-10 ਬੰਦੇ ਨੇ ਅਤੇ ਦੂਜੀ ਸਾਈਡ ਤੋਂ 3-4 ਬੰਦੇ ਜ਼ਖਮੀ ਹੋਏ ਨੇ ਜੀ। ਹਜੇ ਸਭ ਕੁਛ ਲਾਅ ਐਂਡ ਆਰਡਰ ਸਿਚੁਏਸ਼ਨ ਸਭ ਪੀਸਫੁਲ ਹੈ ਜੀ।